ਅੰਮ੍ਰਿਤਸਰ ਫਿਰ ਮੈਂ ਐਮਬੀਏ ਕੀਤੀ ਜੋ ਨਾਨਕ ਦੇਵ ਯੂਨੀਵਰਸਿਟੀ ਤੋਂ ਉਸ ਤੋਂ ਬਾਅਦ ਫਿਰ ਮੈਂ 1 ਸਾਲ ਬੈਂਕ ਦੇ ਵਿੱਚ ਜੋਬ ਕੀਤੀ ਤੇ ਅੰਦੇ ਜੋਬ ਕਰਦੇ ਕਰਦੇ ਆ ਤੇ ਨਾਲ ਮੈਂ ਆਪਣਾ ਕਨਸੈਪਟ ਇੱਕ ਸੋਚਿਆ ਹੈ ਜੋ ਕਿ ਮੇਰਾ ਡ੍ਰੀਮ ਸੀ ਇੱਕ ਕਿ ਮੈਂ ਆਪਣਾ ਰੈਸਟੋਰੈਂਟ ਖੋਲਣਾ ਇਹਨੋਂ ਫੈਮਿਲੀ ਨੇ ਪੂਰੀ ਸਪੋਰਟ ਸੀ ਮੇਰੇ ਵੱਲੋਂ ਸਿਆਲੋ ਸਾਰੇ ਵੱਲੋਂ ਬਾਕੀ ਇਹਦੇ ਮਨ ਦੀ ਜੈ ਸਹੀ ਹੈਗੀ ਮੇਰਾ ਨਾਮ ਚੰਦਨ ਹੈ ਜੀ ਮੈਂ ਚੰਦਨ ਮੈਂ ਸਭ ਤੋਂ ਪਹਿਲਾਂ ਬੈਂਕ ਦੇ ਵਿੱਚ ਜੋਬ ਕਰਦਾ ਸੀ ਆਫਟਰ ਗ੍ਰੈਜੂਏਸ਼ਨ ਚੰਡੀਗੜ੍ਹ ਦੇ ਵਿੱਚ ਉਸ ਤੋਂ ਬਾਅਦ ਮੈਂ ਬਟਾਲੇ ਆਇਆ ਤੇ ਅੰਮ੍ਰਿਤਸਰ ਫਿਰ ਮੈਂ ਐਮਬੀਏ ਕੀਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਉਸ ਤੋਂ ਬਾਅਦ ਫਿਰ ਮੈਂ 1 ਸਾਲ ਬੈਂਕ ਦੇ ਵਿੱਚ ਜੋਬ ਕੀਤੀ ਤੇ ਅੰਦੇ ਜੋਬ ਕਰਦੇ ਕਰਦੇ ਆ ਤੇ ਨਾਲ ਮੈਂ ਆਪਣਾ ਕਨਸੈਪਟ ਇੱਕ ਸੋਚਿਆ ਹੈ ਜੋ ਕਿ ਮੇਰਾ ਡ੍ਰੀਮ ਸੀ ਇੱਕ ਕਿ ਮੈਂ ਆਪਣਾ ਰੈਸਟੋਰੈਂਟ ਖੋਲਣਾ ਤੇ ਅੱਜ ਮੈਂ ਉਹੀ ਢਾਬੇ ਦੇ ਜੋ ਵੀ ਹੈ ਮੈਂ ਸ਼ੁਰੂ ਤੋਂ ਪਹਿਲਾਂ ਵੀ ਆਪਣੀ ਫੈਮਿਲੀ ਦੇ ਰਿਲੇਟਿਵ ਵੀ ਸਾਡਾ ਇੱਕ ਢਾਬਾ ਹੈ ਤੇ ਅਸੀਂ ਮੈਂ ਉੱਥੇ ਸੀਗਾ ਪਹਿਲਾਂ ਤੇ ਮੈਂ ਆਪਣੇ ਪਾਪਾ ਦੇ ਨਾਲ ਹੀ ਉੱਥੇ ਹੈਲਪ ਕਰਦਾ ਸੀਗਾ ਨਾਲ ਮੈਨੂੰ ਐਕਸਪੀਰੀਅੰਸ ਹੋਇਆ ਉੱਥੇ ਜੋ ਉਹਦੇ ਮੈਂ ਪਾਪਾ ਕੋਲ ਸਿੱਖਿਆ ਤੇ ਮੇਰੇ ਇੱਕ ਮਨ ਦੇ ਵਿੱਚ ਉਦੋਂ ਦੀ ਡ੍ਰੀਮ ਸੀਗਾ ਆਫਟਰ ਬੈਂਕਿੰਗ ਜੋਬ ਵੀ ਮੈਂ ਬੈਂਕ ਤੋਂ ਜੋਬ ਕਰਦੇ ਕਰਦੇ ਵੀ ਮੈਂ ਬਾਅਦ ਚੋਂ ਢਾਬੇ ਤੇ ਆਉਂਦਾ ਸੀਗਾ ਜਦੋਂ ਸਟੱਡੀ ਕੀਤੀ ਉਦੋਂ ਵੀ ਮੈਂ ਸਟੱਡੀ ਕਰਨ ਤੋਂ ਬਾਅਦ ਢਾਬੇ ਤੇ ਆਉਣਾ ਤੇ ਉਦੋਂ ਦਾ ਮੈਨੂੰ ਐਕਸਪੀਰੀਅੰਸ ਹੋਈ ਜਾਂਦਾ ਸੀ ਅਤੇ ਜਦੋਂ ਮੈਂ ਐਮਬੀਏ ਕੀਤੀ ਤੇ ਮੈਨੇਜਮੈਂਟ ਦੇ ਨਾਲ ਰਿਲੇਟਿਡ ਜਦੋਂ ਇਹ ਚੀਜ਼ ਚੂਜ਼ ਕੀਤੀਆਂ ਤੇ ਅੱਜ ਮੈਂ ਉੱਥੇ ਨਹੀਂ ਬੈਂਕਿੰਗ ਸੈਕਟਰ ਦੇ ਵਿੱਚ ਜੋਬ ਕਰਦੇ ਹਾਂ ਸਾਰਾ ਦਿਨ ਜਦੋਂ ਮਿਹਨਤ ਕਰਦੇ ਹਾਂ ਸਿਰਫ ਬੈਂਕ ਉਹਨਾਂ ਵਾਸਤੇ ਹੀ ਕੀਤਾ ਬਟ ਇਹ ਹੈਗਾ ਕਿ ਇੱਕ ਬਿਜ਼ਨਸ ਪਲੈਨਿੰਗ ਮਨ ਦੇ ਵਿੱਚ ਹੁੰਦੀ ਹੈ ਹਮੇਸ਼ਾ ਕਿ ਹਾਂ ਇੱਕ ਅਸੀਂ ਦਿਮਾਗ ਦੇ ਵਿੱਚ ਸੋਚਿਆ ਹੁੰਦਾ ਕਿ ਆਪਣਾ ਡ੍ਰੀਮ ਹੈ ਕੋਈ ਅੱਜ ਮੈਂ ਉਸ ਡ੍ਰੀਮ ਨੂੰ ਪੂਰਾ ਕੀਤਾ ਇੱਕ ਬਿਜ਼ਨਸ ਰਿਲੇਟਿਡ ਵੀ ਜੋ ਵੀ ਕਹਿ ਸਕਦੇ ਹਾਂ ਕਿ ਨਾ ਕੰਮ ਕਰਨਾ ਆਪਣੇ ਕੰਮ ਨਾਲ ਇਹ ਕਿ ਹੀ ਕਾਮਯਾਬੀ ਸਾਡਾ ਜੋ ਵਿਆਹ ਵੱਲ ਜਿਹੜੇ ਲੋਕੀ ਭੱਜ ਰਹੇ ਨੇ ਆਪਣੇ ਯੂਥ ਜਿਹੜਾ ਬਾਹਰ ਭੱਜ ਰਿਹਾ ਉੱਥੇ ਜਾ ਕੇ ਮਿਹਨਤਾਂ ਕਰਦਾ ਆਪਣੇ ਪੰਜਾਬ ਦੇ ਵਿੱਚ ਅਸੀਂ ਰਹਿ ਕੇ ਆਪਣੇ ਦੇਸ਼ ਦੇ ਵਿੱਚ ਮਿਹਨਤ ਕਰੀਏ ਅਤੇ ਇਹਦੇ ਵਿੱਚ ਹੀ ਆਪਾਂ ਅੱਗੇ ਹਾਈ ਸਕਸੈਸ ਪਾ ਸਕਦੇ ਹਾਂ ਇਹ ਚੀਜ਼ ਹਾਂਜੀ ਇੱਥੇ ਮੈਂ ਆਪਣਾ ਇੱਕ ਫੈਮਿਲੀ ਫਾਈਨ ਡਾਈਨ ਵੈਜ ਰੈਸਟੋਰੈਂਟ ਓਪਨ ਕੀਤਾ ਤੇ ਜੋ ਕਿ ਇੱਕ ਤੁਹਾਨੂੰ ਪਿਓਰ ਵੈਜੀਟੇਰੀਅਨ ਪੰਜਾਬੀ ਜਾਇਕੇ ਦੇ ਨਾਲ ਬਟਾਲੇ ਸ਼ਹਿਰ ਦੇ ਵਿੱਚ ਤੁਹਾਨੂੰ ਖਾਣਾ ਪਰੋਸਿਆ ਜਾਏਗਾ ਉਹਦੀ ਮੈਂ ਫਾਦਰ ਦੇ ਨਾਲ ਉੱਧਰ ਦਾ ਐਕਸਪੀਰੀਅੰਸ ਇੱਥੇ ਵੀ ਆਪਾਂ ਆਪ ਹੀ ਖੁਦ ਕਰਕੇ ਲਾਉਂਦਾ ਮੈਨੂੰ ਆਪ ਖੁਦ 15 ਸਾਲ ਦਾ ਐਕਸਪੀਰੀਅੰਸ ਹੈਗਾ ਤੇ ਇੱਥੇ ਸ਼ੈਫਸ ਪਰ ਅੱਜ ਵੀ ਉਹਨਾਂ ਦੇ ਨਾਲ ਮੈਂ ਰਲ ਕੇ ਆਪ ਹੀ ਤੜਕੇ ਲਾਈਦੇ ਆ ਵੀ ਕੰਮ ਕਰੀਦਾ ਏਦਾਂ ਦਾ ਇਹ ਨਹੀਂ ਹੈ ਕਿ ਸਿਰਫ ਉਹਨਾਂ ਸਿਰ ਤੇ ਅਸੀਂ ਆਪ ਹੀ ਖੁਦ ਇਹ ਚੀਜ਼ ਕਰੀਦੀ ਮੇਰਾ ਨਾਮ ਸ਼੍ਰੀ ਸਰ ਮਨ ਦੀ ਚੋਇਸ ਸੀ ਇਹੋ ਹੀ ਮੈਂ ਆਪਣਾ ਕਾਰੋਬਾਰ ਕਰਨਾ ਹੈਗਾ ਠੀਕ ਹੈ ਜੀ ਬਾਕੀ ਕਾਫੀ ਇੰਟੈਲੀਜੈਂਟ ਹੈ ਬੇਟਾ ਮੇਰਾ ਇਹਨੇ ਕਾਫੀ ਮੈਂ ਇਹਨੂੰ ਬਾਹਰ ਹੀ ਭੇਜਿਆ ਦੋ ਜਗ੍ਹਾ ਉੱਥੋਂ ਦਾ ਐਕਸਪੀਰੀਅੰਸ ਦਿੱਤਾ ਇਹਨੇ ਕੁਛ ਆਪਣਾ ਹੀ ਆਪਣਾ ਮੇਰੇ ਨਾਲ ਹੈਲਪ ਪੂਰੀ ਕਰਾਈ ਹੈ ਉਹਦਾ ਵੀ ਐਕਸਪੀਰੀਅੰਸ ਹੈਗਾ ਸੀ ਇਹਨੂੰ ਉਹਨੇ ਕਰਕੇ ਇਹਨੇ ਸੋਚਿਆ ਵੀ ਮੈਂ ਮਤਲਬ ਕਿ ਆਪਣਾ ਰੈਸਟੋਰੈਂਟ ਖੋਲਣਾ ਹੈਗਾ ਮੇਰੇ ਵੱਲੋਂ ਫੈਮਿਲੀ ਵੱਲੋਂ ਪੂਰੀ ਸਪੋਰਟ ਸੀ ਮੇਰੇ ਵੱਲੋਂ ਸਾਰੇ ਵੱਲੋਂ ਸਾਰਿਆਂ ਵੱਲੋਂ ਬਾਕੀ ਇਹਦੇ ਮਨ ਦੀ ਚੋਇਸ ਇਹ ਹੈਗੀ ਸੀ ਇਹਨੂੰ ਬਾਕੀ ਐਮਬੀਏ ਕੀਤੀ ਇਹਨੇ ਦੂਸਰੀ ਜਗ੍ਹਾ ਵੀ ਨੌਕਰੀ ਕਰ ਸਕਦਾ ਸੀ ਲੇਕਿਨ ਇਹਨੇ ਸੋਚਿਆ ਵੀ ਬਾਅਦ ਵਿੱਚ ਅਸੀਂ ਕਿਹਾ ਵੀ ਜਿਸ ਤਰ੍ਹਾਂ ਤੇਰਾ ਬੇਟਾ ਆਪਣੀ ਚੋਇਸ ਹੈਗੀ ਹੈ ਤੂੰ ਆਪਣੇ ਮਨ ਦੀ ਪੂਰੀ ਕਰ ਸਕਣਾ ਇਹਨੇ ਫਿਰ ਇਹ ਸੋਚਿਆ ਵੀ ਮੈਨੂੰ ਐਕਸਪੀਰੀਅੰਸ ਹੈਗਾ ਡੈਡੀ ਦਾ ਬਹੁਤ ਜ਼ਿਆਦਾ ਆਪਣਾ ਕਾਰੋਬਾਰ ਸਾਡੇ ਇਹੋ ਹੈਗਾ ਸੀ ਢਾਬੇ ਦਾ ਗਾਂਧੀ ਚੌਂਕ ਮੇਰਾ ਢਾਬਾ ਹੈ ਆਪਣਾ ਅਲੱਗ ਸੀ ਕਹਿੰਦੇ ਸੀ ਮੈਂ ਫੋਰਨ ਕਰਨਾ ਹੈਗਾ ਆਪਣਾ ਮਨ ਦੀ ਜੋ ਵੀ ਹੈਗੀ ਇੱਛਾ ਪੂਰੀ ਕਰਨੀ ਹੈਗੀ ਹੈ ਅਸੀਂ ਇਹਨੂੰ ਪੂਰੀ ਹੈਲਪ ਦਿੱਤੀ ਹੈ ਇਹਨੇ ਆਪਣਾ ਬਹੁਤ ਵਧੀਆ ਆਪਣਾ ਇੱਥੇ ਕੀਤਾ ਰੈਸਟੋਰੈਂਟ ਖੋਲਿਆ